चले गए। वेलकम गाइस, की हाल चाल? ठीक ठाक हो? सारे ਵਿਆਹ ਦੇ ਪ੍ਰੋਗਰਾਮਾਂ ਤੋਂ ਬਾਅਦ ਅੱਜ ਆ ਗਏ ਆਪਾਂ ਘਰੇ, ਅਤੇ ਤੁਸੀਂ ਸਾਰੀ ਵੀਡੀਓ ਦੇਖੋ। ਮੈਂ ਇੱਕ ਦਿਨ 'ਚ ਮਤਲਬ ਇਕੱਠੀ ਕਰਤੀ, ਅਲੱਗ ਅਲੱਗ ਦਿਨ ਆਪਾਂ ਨਹੀਂ ਬਣਾਏ ਕਿਉਂਕਿ ਵੀਡੀਓ ਬਹੁਤ ਲੰਬੀ ਹੋਣੀ ਆ। ਤੁਸੀਂ ਵੀ ਬੋਰ ਹੋਵੋਗੇ, ਉਹਦਾ ਕੋਈ ਫਾਇਦਾ ਨਹੀਂ, ਆਪਾਂ ਜਿੰਨਾ ਸ਼ੋਰਟ 'ਚ ਦਿਖਾਈਏ ਉਨਾ ਵਧੀਆ। ਅਤੇ ਇਹ ਵੀਡੀਓ ਤੁਸੀਂ ਜ਼ਰੂਰ ਦੇਖਿਓ, ਅਤੇ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ, ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਅਤੇ ਇੰਨੀ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੀ ਜਿਹੜੀ ਵੀਡੀਓ ਸੀ ਉਹ ਸਹੀ ਬਣੀ ਆ, ਮਤਲਬ ਕਿ ਕਹਿ ਲਓ ਜ਼ਿਆਦਾ ਬਣੀ ਆ। ਵਿਆਹ ਦਿਨ ਦੀ ਥੋੜ੍ਹੀ ਘੱਟ ਆ ਕਿਉਂਕਿ ਕੰਮ ਕੁੰਮ ਇੱਧਰ ਉੱਧਰ ਵੀ ਬੰਦਾ ਜਾਂਦਾ ਰਹਿੰਦਾ, ਤਾਂ ਕਰਕੇ ਨਹੀਂ ਟਾਈਮ ਮਿਲਦਾ। ਅਤੇ ਦੂਜਾ ਉਹਦੇ ਵਿੱਚ ਫੋਟੋ ਐਡਜਸਟ ਕਰਦੇ ਹਾਂ, ਤੁਸੀਂ ਫੋਟੋਆਂ ਦੇਖ ਕੇ ਕਰ ਲਿਓ ਅਤੇ ਦੇਖੋ। ਚਲੋ ਉਹਨਾਂ ਚਿਰ ਨੂੰ ਬੁਰਕੀ ਪਾਉਂਦੇ ਨੇ। ਵੈਲਕਮ ਗਾਇਸ, ਕੀ ਹਾਲ ਚਾਲ? ਠੀਕ ਠਾਕ ਹੋ? ਆ ਮੇਰੀ ਸਵਾਰੀ ਦੇਖੋ ਬਈ, ਅੱਜ ਪਹਿਲਾਂ ਤੇ ਡਰਾਈਵਰ ਤੇ ਸਵੇਰ ਦੇ ਆ ਗਏ ਸੀ। ਮੈਂ ਕੱਲ ਚਲੀ ਗਿਆ ਸੀ, ਬਹੁਤ ਮਾੜਾ ਕੰਮ ਹੋਇਆ, ਬਹੁਤ ਮਾੜਾ ਕੰਮ ਹੋਇਆ। ਪਹਿਲਾਂ ਸੱਟਾਂ ਲਵਾ ਦੀਆਂ, ਇੱਥੇ ਲੱਗੀ ਬੜੀ ਹੋਰ ਨਾ। ਉਹ ਮੁੜਿਆ ਕਿਵੇਂ ਤੇ ਤੂੰ? ਆਹ ਦੇਖ ਲਓ, ਜਿਹੜੇ ਬੰਦੇ ਨੇ ਸਿੱਟਾ ਹੀ ਸਾਨੂੰ ਗੱਡੀ 'ਚ ਬਹਿ ਗਿਆ ਜਾ ਕੇ ਡਰਦਾ, ਬਹੁਤ ਮਾੜੀ ਗੱਲ ਹੈ ਬਈ। ਸਾਨੂੰ ਸਿੱਟ ਕੇ ਆਪ ਤੋਂ ਗੱਡੀ 'ਚ ਬਹਿ ਗਿਆ। ਚਲੋ ਬਚਾਅ ਹੋ ਗਿਆ ਬਹੁਤ ਜ਼ਿਆਦਾ, ਨਹੀਂ ਸੱਟਾਂ ਸੁੱਟਾਂ ਬਹੁਤ ਲੱਗਣੀਆਂ ਸੀ। ਇੱਥੇ ਮਾੜਾ ਮੋਟਾ ਥੋੜ੍ਹਾ ਬਹਿ ਗਿਆ ਅਤੇ ਆਪ ਹੁਣ ਮਜ਼ੇ ਗੱਡੀ 'ਚ। ਅਤੇ ਹੁਣ ਡਰਾਈਵਰ ਸਾਡਾ ਚੇਂਜ ਹੋ ਗਿਆ ਬਈ। ਚਲੋ ਸਵੇਰ ਦੇ ਆਏ, ਪਾਠ ਵਗੈਰਾ ਘਰ ਲਿਖਾਏ ਸੁਖਮਨੀ ਸਾਹਿਬ ਦਾ। ਚਲੋ ਬਹੁਤ ਵਧੀਆ ਸਮਾਪਤੀ ਹੋਈ ਅਤੇ ਹੌਲੀ ਹੌਲੀ ਰਿਸ਼ਤੇਦਾਰ ਜਿਵੇਂ ਆਉਣੇ ਸ਼ੁਰੂ ਹੋ ਜਾਂਦੇ ਨੇ ਨਾ ਸ਼ਾਮ ਤੱਕ। ਸ਼ਾਮ ਨੂੰ ਡੀਜੇ ਵਾਲਾ ਪ੍ਰੋਗਰਾਮ ਤੁਹਾਨੂੰ ਪੂਰਾ ਦਿਖਾ ਰਿਹਾ ਕਿਉਂਕਿ ਕੰਮ 'ਚ ਇੰਨੇ ਲੱਗੇ ਰਹੇ ਕਿ ਪੂਰੀ ਵੀਡੀਓ ਬਣ ਹੀ ਨਹੀਂ ਸਕੀ। ਚਲੋ ਰਾਤ ਨੂੰ ਹੁਣ ਆਪਾਂ ਪੂਰਾ ਕਰਾਂਗੇ। ਹਾਂਜੀ ਬਾਪੂ ਜੀ, ਕਰ ਲਿਆ ਆਪਣਾ ਤੁਸੀਂ ਕੰਮ ਵਗੈਰਾ? ਕਰ ਲਿਆ ਜੀ। ਕਿਹੜਾ ਭਲਾ? ਕਿਹੜਾ ਭਲਾ? ਬੱਕਰੇ ਦਾ ਫੰਕਸ਼ਨ ਵਾਲਾ? ਆਹੋ। ਖਾਣ ਪੀਣ ਵਾਲਾ? ਖਾਣ ਪੀਣ ਹੋ ਗਿਆ, ਤਿਆਰ ਹੁੰਦਾ ਪਿਆ। ਅੱਛਾ ਜੀ, ਨਹੀਂ ਇਕੱਲਾ ਪੀਣ ਵਾਲਾ? ਦੋਵੇਂ ਕੰਮ ਹੋ ਗਏ। ਕਿਵੇਂ ਸੀ? ਵਧੀਆ ਵਧੀਆ। ਕਿੰਨਾ ਕੁ ਹੈ? ਕਿੰਨਾ ਕੁ ਵਧੀਆ ਵਧੀਆ? ਬੀਨ ਵੱਜੂ ਰਾਤ ਨੂੰ? ਹੈ ਬੀਨ ਵੱਜੂ ਰਾਤ ਨੂੰ? ਉਹ ਬੀਨ ਸਭ ਨੂੰ ਵੱਜੇਗਾ? ਨਹੀਂ, ਜਿਹੜੀ ਰੁਮਾਲ ਚ ਪਾ ਕੇ ਕਰਦੇ ਨੇ ਬੀਨ ਵਜਾਉਣੇ ਨੇ, ਉਹ ਸੱਪ ਕੱਟਣ ਵੱਜੇਗੀ। ਵੱਜੇਗੀ? ਚਲੋ ਦੇਖਦੇ ਆ ਫਿਰ ਰਾਤ ਨੂੰ। ਲੋ ਜੀ, ਸਾਰੇ ਲੱਗਿਆ ਕੰਮ। ਓ ਮਹਾਰਾਜ, ਕੀ ਹਾਲ ਚਾਲ? ਓਏ 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 ਓਏ, ਹਾਂ ਹੋਰ ਮਸਰੀ? ਹੋਰ ਵੀਰ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ। ਆਇਓ, ਤੁਹਾਨੂੰ ਥੋੜੀ ਰੌਣਕ ਦਿਖਾਈਏ ਉੱਤੇ। ਹਾਂਜੀ, ਸਾਰੀ ਰੌਣਕ। ਵਾਹ ਜੀ ਵਾਹ, ਵਾਹ ਜੀ ਵਾਹ, ਸ਼ਾਬਾਸ਼, ਵਾਹ ਜੀ ਵਾਹ, ਕਿਆ ਬਾਤ ਹੈ! ਸਾਰੇ ਪਹੁੰਚ ਗਏ? ਹੈਂ ਗੁੱਜੀ ਕਾਕਾ, ਬੰਦੇ ਤੁਸੀਂ ਪਛਾਣਦੇ ਹੋਣੇ ਆ? ਅਸੀਂ ਕੌਣ?
ਕਾਈਟ ਸਟਾਰ ਹੋਈ ਸੀ ਨਾ ਗੱਲ ਇਹ ਕਾਈਟ ਸਟਾਰ ਪਹੁੰਚ ਗਿਆ ਬੜੇ ਟਾਈਮ ਨਾਲ ਲੋਹੜੀ ਵਾਲੇ ਦਿਨ ਹਾਂ ਬਹੁਤ ਟਾਈਮ ਨਾਲ ਪਹੁੰਚ ਗਏ ਬਾਕੀ ਫੰਕਸ਼ਨ ਆਪਾਂ ਰਾਤ ਨੂੰ ਕਰਨਾ ਹੀ ਆ ਫੰਕਸ਼ਨ ਡੀਜੇ ਲਾਓਗੇ ਫੰਕਸ਼ਨ ਫੰਕਸ਼ਨ ਅੱਛਾ ਫੰਕਸ਼ਨ ਫੰਕਸ਼ਨ ਤਾਂ ਹੁੰਦੇ ਨੇ ਉੱਥੇ ਕੈਮਰਾ ਮਾਰੋ ਥੋੜਾ ਜਿਹਾ ਜੱਪੀਆਂ ਪੈ ਰਹੀਆਂ ਨੇ ਵਾਹ ਜੀ ਵਾਹ ਵਾਹ ਜੀ ਵਾਹ ਚੂੜਾ ਚੜ ਰਿਹਾ ਭਾਈ ਸੋ ਵੈਲਕਮ ਗਾਈਜ਼ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਅਸੀਂ ਤਿਆਰ ਹੋਣ 'ਚ ਇੰਨਾ ਟਾਈਮ ਲਾਤਾ ਮੈਨੂੰ ਲੱਗਦਾ ਸਾਰੇ ਬੰਦ ਬੁੰਦ ਕਰਕੇ ਚਲੇ ਗਏ ਮੈਂ ਅਤੇ ਇੱਕ ਵੱਡਾ ਵੀਰਾ ਰਹਿ ਗਿਆ ਅਤੇ ਬਾਹਲੇ ਲੇਟ ਹੋ ਗਏ ਅਤੇ ਮਤਲਬ ਕਿ ਸਾਰੇ ਚਲੇ ਗਏ ਮਤਲਬ ਰਿਸ਼ਤੇਦਾਰ ਗੁਰਦੁਆਰੇ ਪਹੁੰਚ ਗਏ ਬਰਾਤ ਆ ਚੁੱਕੀ ਆ ਮਤਲਬ ਮੈਂ ਪਹਿਲੀ ਬਰਾਤ ਦੇਖਿਆ ਜਿਹੜੀ ਬਹੁਤ ਟਾਈਮ 'ਤੇ ਆ ਅਤੇ ਅਸੀਂ ਅੱਜ ਪਹਿਲੀ ਵਾਰ ਲੇਟ ਹੋ ਗਏ ਚਲੋ ਕੁਛ ਕਾਰਨ ਆ ਭੀੜ ਇੰਨੀ ਹੁੰਦੀ ਆ ਅਤੇ ਹੋ ਜਾਂਦਾ ਕਦੇ ਕਦੇ ਐਡਜਸਟਮੈਂਟ ਥੋੜ੍ਹੀ ਔਖੀ ਹੁੰਦੀ ਹੈ ਚਲੋ ਕਰ ਲਈ ਫਿਰ ਵੀ ਹਾਲੇ ਵੀ ਦੋ ਤਿੰਨ ਜਣੇ ਹਾਲੇ ਵੀ ਲੇਟ ਨੇ ਕੋਈ ਪੱਗ ਬੰਨਣ 'ਤੇ ਲੱਗਿਆ ਕੋਈ ਸੂਟ ਸਵੋ ਮਤਲਬ ਕਿ ਪ੍ਰੈਸ ਕਰਨ 'ਤੇ ਲੱਗਿਆ ਕੋਈ ਕੁਛ ਇੱਦਾਂ ਹਾਲੇ ਚੱਲ ਰਿਹਾ ਫਿਲਹਾਲ ਤਾਂ ਹਾਲੇ ਸਾਡੇ ਦੋ ਗੇੜੇ ਲੱਗਣੇ ਨੇ ਪਹਿਲਾਂ ਦੋ ਗੇੜਾਂ ਲੈਣ ਜਾਣਾ ਉਦੋਂ ਬਾਅਦ ਆਪਣੇ ਸਮਾਨ ਉੱਤੇ ਪਾਉਣ ਨੂੰ ਉਹ ਵੀ ਕਮਰੇ 'ਚ ਲੌਕ ਹੋਇਆ ਪਿਆ ਉਹ ਵੀ ਕੱਢਣਾ ਮਤਲਬ ਬਹੁਤ ਕੰਮ ਪਏ ਨੇ ਹਾਲੇ ਦੇਖਦੇ ਹਾਂ ਬਾਕੀ ਕਿਵੇਂ ਸੈੱਟ ਰਹਿੰਦਾ ਕੰਮ ਪਹਿਲਾਂ
ਪਰ ਇਹਨਾਂ ਵੀ ਉੱਥੋਂ ਹੀ ਰੋਡ ਤੋਂ ਨਿਕਲੇ ਨਾ ਜਦੋਂ ਅਸੀਂ ਕਾਰਾਂ ਦੇ ਹਾਂ ਕਾਰਾਂ ਕਰਦੀਆਂ ਸੀ The next day. लो जी यह विआह का प्रोग्राम तुसी देख लिया होना, उम्मीद करदा तुहानू वधिया लग्या हो, जे वधिया लग्या ते लाइक जरूर ठोके जायो ते आपां मिलदे एक नवी वीडियो नाल बहुत जल्दी, ते बस मेरे नाल बने रहो, थैंक यू सो मच।